ਇਹ ਗੀਤ ਇੱਕ ਆਮ ਇਨਸਾਨ ਦੀ ਜ਼ਿੰਦਗੀ ਦੇ ਆਧਾਰ ਤੇ ਹੈ ਜਿਸ ਵਿੱਚ ਉਸ ਦੇ ਬਚਪਨ ਵਿੱਚ ਕੁਝ ਹੋਈਆਂ ਗੱਲਾਂ ਬਿਆਨ ਹੁੰਦੀਆਂ ਨੇ ਉਹ ਬਾਹਰ ਕਿਸੇ ਕੰਟਰੀ ਦੇ ਵਿੱਚ ਰਹਿੰਦਾ ਹੈ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਕਿਸੇ ਦੋਸਤ ਦਾ ਨੰਬਰ ਮਿਲਦਾ ਹੈ ਤੇ ਉਸ ਨੂੰ ਫੋਨ ਕਰਦਾ ਤੇ ਕੁਝ ਬਚਪਨ ਦੀਆਂ ਗੱਲਾਂ ਸਾਂਝੀਆਂ ਕਰਦਾ ਹੈ ਤੇ ਰੋਂਦਾ ਆਓ ਕਪਾ ਜੋ ਉਹ ਆਪਣੇ ਉਸ ਦੋਸਤ ਦੇ ਨਾਲ ਗੱਲਾਂ ਸਾਂਝੀਆਂ ਕਰਦਾ ਤੇ ਕੀ ਕਹਿੰਦਾ ਆਓ ਆਪਾਂ ਇਸ ਗੀਤ ਦੇ ਰਾਹੀ ਸੁਣਦੇ ਆਂ ਜਦੋਂ ਨਿੱਕੇ ਹੁੰਦੇ ਸੀ ਨਾ ਕੋਈ ਫਿਕਰ ਨਹੀਂ ਕੋਈ ਫਾਕੇ ਹੁਣ ਟੈਨਸ਼ਨ ਹੁੰਦੀ ਆ ਕਿੰਨਾ ਕੁਝ ਕਰਨਾ ਉੱਠ ਕੇ ਤੜਕੇ ਜਦੋਂ ਨਿੱਕੇ ਹੁੰਦੇ ਸੀ ਨਾ ਕੋਈ ਫਿਕਰ ਨਾਹੀ ਕੋਈ ਫਾਕੇ ਹੁਣ ਟੈਨਸ਼ਨ ਹੁੰਦੀ ਆ ਕਿੰਨਾ ਕੁਝ ਕਰਨਾ ਉੱਠ ਕੇ ਤੜਕੇ ਫੜ ਉਂਗਲੀ ਬਾਪੂ ਦੀ ਸੀ ਦੁਕਾਨ ਉੱਤੇ ਜਾਂਦੇ ਉਦ ਬਾਪੂ ਵੇ ਚੱਕ ਕੇ ਤੇ ਲੈ ਜਾਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰਵਾਉਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰਵਾਉਂਦਾ ਮੈਨੂੰ ਮਾਜਾ ਦੇ ਆਉਂਦੀ ਚੂਰੀ ਕੁੱਟ ਕੇ ਖਵਾਉਂਦੀ ਮੈਨੂੰ ਮਾਜਾ ਜਾਦੇ ਆਉਂਦੀ ਚੂਰੀ ਕੁੱਟ ਕੇ ਖਵਾਉਂਦੀ ਜਾਦ ਬਹੁਤ ਹੀ ਸਤਾਉਂਦੀ ਤਾਂ ਮੈਂ ਫੋਟੋ ਦੇਖ ਲੈਂਦਾ ਤਾਂ ਮੈਂ ਫੋਟੋ ਵੇਖ ਲੈਂਦਾ ਉਦੋਂ ਬੇਬੇ ਬਾਪੂ ਨੂੰ ਮੈਂ ਵੀ ਬਹੁਤ ਸੀ ਸਤਾਉਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰੋਂਦਾ ਪਿੰਡ ਬੜਾ ਆਜਾ ਦੇ ਆਉਂਦਾ ਮੈਨੂੰ ਬਹੁਤ ਹੀ ਰਵਾਂਦਾ ਜਦੋਂ ਸਕੂਲ ਨਾ ਜਾਣਾ ਕੋਈ ਬਹਾਨਾ ਬਣਾਉਣਾ ਜਦੋਂ ਸਕੂਲ ਨਾ ਜਾਣਾ ਕੋਈ ਬਹਾਨਾ ਬਣਾਉਣਾ ਮੰਮੀ ਕੁੱਟਣਾ ਰਵਾਉਣਾ ਡੈਡੀ ਆਣ ਕੇ ਰੋਂਦਾ ਵੀਰਾ ਵੀ ਸੀ ਜਾਣ ਜਾਣ ਕੇ ਚੜਾਉਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰਵੋਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰਵੋਂਦਾ ਕਦੇ ਕਟੀਆਂ ਹੋਣਾ ਫਿਰ ਯਾਰਾਂ ਨੂੰ ਨਾ ਬੁਲਾਉਣਾ ਇੱਕ ਦੂਜੇ ਨੂੰ ਵੀ ਕਹਿਣਾ ਓਣੂ ਤੂੰ ਵੀ ਨਹੀਂ ਬੁਲਾਉਣਾ ਕਦੇ ਕਟੀਆਂ ਹੋਣਾ ਫਿਰ ਯਾਰਾਂ ਨੂੰ ਨਾ ਬੁਲਾਉਣਾ ਇੱਕ ਦੂਜੇ ਨੂੰ ਵੀ ਕਹਿਣਾ ਓਣੂ ਤੂੰ ਵੀ ਨਹੀਂ ਬੁਲਾਉਣਾ ਇਹ ਗੱਲਾਂ ਚੇਤੇ ਕਰ ਮੈਨੂੰ ਅੱਜ ਹਸਾਉਂਦਾ ਪਿੰਡ ਬੜਾ ਜਾਦੇ ਆਉਂਦਾ ਮੈਨੂੰ ਬਹੁਤ ਹੀ ਰਵਾਉਂਦਾ ਪਿੰਡ ਬੜਾ ਜਿਆਦੇ ਆਉਂਦਾ ਮੈਨੂੰ ਬਹੁਤ ਹੀ ਰਵਾਂਦਾ ਹੁਣ ਦਿਲ ਕਰੇ ਉੱਡ ਜਾਵਾਂ ਪਿੰਡ ਵੱਲ ਖੰਭ ਭੁਲਾ ਕੇ ਜਿੱਥੇ ਬਾਂਦਰ ਕਿੱਲਾ ਖੇਡੇ ਗੋਲ ਚੱਕਰ ਬਣਾ ਕੇ ਹੁਣ ਦਿਲ ਕਰੇ ਉੱਡ ਜਾਵਾਂ ਪਿੰਡ ਵੱਲ ਖੰਭ ਭੁਲਾ ਕੇ ਜਿੱਥੇ ਬਾਂਦਰ ਕਿੱਲਾ ਖੇਡੇ ਗੋਲ ਚੱਕਰ ਬਣਾ ਕੇ ਕੁੱਟ ਕਟਾ ਕੇ ਲੁੱਕ ਜਾਂਦੇ ਕਰ ਆ ਕੇ ਬੁੱਢੇ ਮਾਪਿਆਂ ਦੇ ਲਈ ਸੁਖ ਫਿਰ ਵਾਪਸ ਜਾਣਾ ਚਾਹੁੰਦਾ ਪਿੰਡ ਬੜਾ ਜ਼ਿਆਦੇ ਆਉਂਦਾ ਮੈਨੂੰ ਬਹੁਤ ਹੀਰ ਆਉਂਦਾ ਪਿੰਡ ਬੜਾ ਜ਼ਿਆਦੇ ਆਉਂਦਾ ਮੈਨੂੰ ਬਹੁਤ ਹੀਰ ਆਉਂਦਾ ਪਿੰਡ ਬੜਾ ਆਯਾ ਤੇ ਆਉਂਦਾ ਮੈਨੂੰ ਬਹੁਤ ਹੀ ਰਵਾਂਦਾ ਜੇ ਸਾਡਾ Song ਤੇ Video ਵਧੀਆ ਲੱਗਾ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ